ਤੁਹਾਨੂੰ ਐ ਲੱਗਦਾ ਵੀ ਕਦੇ ਕਿਤੇ ਜ਼ਿੰਦਗੀ ਜਿਹਾ ਜਿਹਾ ਕੋਈ ਬੰਦਾ ਮਿਲ ਜੇ ਵੀ ਜਿਹੜਾ ਐਂ ਮੈਨੂੰ ਮੁੱਠੀ 'ਚ ਕਰਕੇ ਫੜਾ ਆ ਚੱਕ ਨਾਮਦਾਨ ਕਿਸੇ ਨੇ ਨਹੀਂ ਦੇਣਾ ਐਵੇਂ ਭੁਲੇਖਾਂ ਰੱਖਣ ਤੁਹਾਡੀ ਆਪਣੀ ਮਿਹਨਤ ਹੈ ਬਸ ਮਿਹਨਤ ਅੱਜ ਕਰ ਲਓ ਮਿਹਨਤ ਕੱਲ੍ਹ ਕਰ ਲਓ ਮਿਹਨਤ 10 ਸਾਲਾਂ ਨੂੰ ਕਰ ਲਿਓ ਜੇ ਮਿਹਨਤ ਨਹੀਂ ਨਾ ਕੀਤੀ ਫਿਰ ਤੁਹਾਨੂੰ ਕੱਖ ਨਹੀਂ ਮਿਲਣਾ ਤੁਹਾਡੀ ਆਪਣੀ ਸੇਵਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਦਿਨ ਵੇਲੇ ਆਓ ਚੌਰ ਕਰ ਜਾਓ ਤੁਹਾਨੂੰ ਸ਼ੌਂਕ ਸ਼ੌਂਕ ਕੋਈ ਨਹੀਂ ਹੈਗਾ ਊਂ ਬਸ ਜਿੱਥੇ ਦੇਖਦੇ ਹੋ ਕਿ ਸੰਤ ਮਹਾਤਮਾ ਬਖਸ਼ੋ ਜੀ ਨਾਮਦਾਨ ਉਹ ਕੋਈ ਨਹੀਂ ਤੁਹਾਨੂੰ ਦੇਣ ਲੱਗਿਆ ਊਂ ਨਾ ਭੁਲੇਖੇ 'ਚ ਮਾਰੇ ਜਾਇਓ ਕਿਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲ ਬੈਠੋ ਘੰਟਾ ਰੋਜ਼ ਅਤੇ ਕੋਲ ਘੰਟਾ ਬੈਠ ਕੇ ਚੌਰ ਸਾਹਿਬ ਕਰਦੇ ਹੋਏ ਵਾਹਿਗੁਰੂ ਕਰੀ ਜਾਓ ਇਹਨਾਂ ਨੂੰ ਕਹੋ ਨਾਮਦਾਨ ਬਖਸ਼ੋ ਸਾਨੂੰ ਇਹ ਦਿੰਦੇ ਨਾਮਦਾਨ ਪੰਜ ਪਿਆਰਿਆਂ ਤੋਂ ਪਹਿਲਾਂ ਪ੍ਰਾਪਤ ਕਰੋ ਨਾਮ ਫਿਰ ਮਹਾਰਾਜ ਦੇ ਕੋਲ ਬੈਠ ਕੇ ਸਿਮਰਨ ਕਰੋ ਫਿਰ ਇਹਦੇ 'ਚ ਇਹ ਆ ਇਹ ਕੋਈ ਹਫ਼ਤੇ ਦਾ ਕੰਮ ਨਹੀਂ ਕੋਈ 10 ਦਿਨ ਦਾ ਕੋਈ ਮਹੀਨੇ 2 ਮਹੀਨੇ ਦੀ ਖੇਡ ਨਹੀਂ ਹੈਗੀ ਇਹ ਕਈ ਸਾਲਾਂ ਦੀ ਖੇਡ ਪਹਿਲਾਂ ਹੀ ਸੋਚ ਸਮਝ ਕੇ ਵੀ ਡਾਕਟਰੀ ਕਰਨੀ ਹੈ ਜੇ ਕੋਈ ਅੱਜ ਕੱਲ੍ਹ ਵੀ ਕਹਿੰਦਾ ਮੈਂ ਡਾਕਟਰੀ ਕਰਨੀ ਹੈ ਮੈਂ ਉਹਨੂੰ ਪਹਿਲਾਂ ਕਹਿੰਦਾ ਦੇਖ ਲਾ ਪੈਸੇ ਚਾਹੀਦੇ ਚੰਗੇ ਪੈਸੇ ਚਾਹੀਦੇ ਇਹਦੇ 'ਚ ਇੱਕ ਡਾਕਟਰੀ ਕਰਨ ਨੂੰ 6 ਸਾਲ ਦੇ ਨੇੜੇ ਤੇੜੇ ਸਮਾਂ ਲੱਗਦਾ ਪਲੱਸ 2 ਚੋਂ ਨੰਬਰ ਆਉਣੇ ਚਾਹੀਦੇ 80-90 90 ਨੰਬਰ ਲੈ ਬਈ PMT 'ਚੋਂ ਪਾਰ ਹੋ ਮਿਹਨਤ ਕਿੰਨੀ ਆ ਡਾਕਟਰੀ 'ਤੇ ਵੀ ਰਾਤ ਨੂੰ ਵੀ ਪੜ੍ਹਨਾ ਪੈਣਾ ਦਿਨੇ ਵੀ ਪੜ੍ਹਨਾ ਪੈਣਾ ਬਹੁਤ ਉੱਚੀ ਪੜ੍ਹਾਈ ਡਾਕਟਰ ਅਤੇ ਇੰਜੀਨੀਅਰ ਦੀ ਹੁੰਦੀ ਹੈ IAS ਦੀ ਤਾਂ ਉਦੋਂ ਵੀ ਉੱਚੀ ਹੈ ਇਸ ਕਰਕੇ ਬਸ ਇੱਧਰ ਵੀ ਇਹੀ ਅੰਦਾਜ਼ਾ ਲਾ ਲਓ ਬਈ ਮੈਂ ਘੱਟੋ ਘੱਟ ਇੱਕ ਨਿਸ਼ਾਨਾ ਰੱਖੀਦਾ ਜੇ ਕੋਈ ਪ੍ਰਾਪਤੀ ਚਾਹੁੰਦਾ ਹੈ ਪ੍ਰਾਪਤੀ ਚਾਹੁੰਦੇ ਹੋ ਜੇ 25 ਜਪਜੀ ਸਾਹਿਬ ਰੋਜ਼ ਕਰੋ 15 ਸਾਲ 50 ਕਰੋ 7.5 ਸਾਲ 101 ਕਰੋ 3.5 ਸਾਲ ਇਹ ਇੰਨਾ ਵੱਡਾ ਕੰਮ ਹੈ ਇੰਨੇ ਪਾਠ ਕਰਦੇ ਜਿਨ੍ਹਾਂ ਨੇ ਡਾਕਟਰੀ ਕੀਤੀ ਉਹ ਪੁੱਛੋ ਕਿੰਨੇ ਸਾਲ ਲੱਗੇ 5.5 ਫਿਰ ਸਾਲ ਕੁ ਪ੍ਰੈਕਟਿਸ ਹੈ 6.5 ਹੋ ਗਏ ਹਜ਼ੂਰ ਸਾਹਿਬ ਜਾਓ 3.5 ਸਾਲ ਦਾ ਕੋਰਸ ਕਰਿਆ ਹੋਵੇ ਰੋਜ਼ 101 ਜਪਜੀ ਸਾਹਿਬ ਕਰੀ ਜਾਓ ਰਹਿਤ ਰੱਖ ਕੇ 3.5 ਸਾਲਾਂ ਬਾਅਦ ਰੱਬ ਨੂੰ ਨਾਲ ਹੀ ਲਿਆਇਓ ਉੱਥੇ ਚਲੋ ਜੀ ਆ ਜਾਓ ਹੁਣ ਧੰਨੇ ਵਾਲੇ ਕੰਮ ਕਰਦੇ ਹਾਂ ਹੁਣ ਮੇਰੇ ਕੰਮ ਕਰੋ ਤੁਸੀਂ ਇਹ ਕਹਿੰਦੇ ਹੋ ਸਵਾਦ ਵੀ ਲਈਏ ਘਰੇ ਆਰਾਮ ਨਾਲ ਸੌਂ ਵੀ ਜਾਈਏ ਸਾਧੂ ਸੰਤਾਂ ਦੇ ਮਗਰ ਦੌੜ ਦੌੜ ਕੇ ਐਂ ਇੱਧਰ ਉੱਧਰ ਕਹਿ ਕੇ ਨਾਮਦਾਨ ਲਿਓ ਜੀ ਨਾਮ ਉਹ ਵੀ ਹੱਸ ਛੱਡਦੇ ਆ ਵੀ ਐਵੇਂ ਡਰਾਮੇ ਬਾਜਿਆ ਹੈਗਾ ਉਹੀ ਨਾਮਦਾਨ ਕਰੀ ਤਾਂ ਕਰਨਾ ਕਰਾਉਣਾ ਨਾ ਨਾਮ ਮੰਗਣ ਦੀ ਲੋੜ ਨਹੀਂ ਪੈਂਦੀ ਹੈ ਨਾਮ ਤਾਂ ਜਦ ਤੁਸੀਂ 8 ਘੰਟੇ ਰੋਜ਼ ਸਿਮਰਨ ਕਰੋਗੇ ਨਾਮ ਤਾਂ ਰੱਬ ਨੇ ਆਪੇ ਹੀ ਦੇ ਦੇਣਾ ਮਿਹਨਤ ਥੋੜ੍ਹੀ ਦੇਖਣੀ ਹੈ ਮਿਹਨਤ ਤਾਂ ਤੁਸੀਂ ਕਰਦੇ ਨਹੀਂ ਹੈ ਅੱਜ ਜਿੰਨੇ ਵੀ ਸਿੱਖ ਮਿਲਦੇ ਆ ਬਾਹਲੀ ਬਸ ਇੱਕੋ ਗੱਲ ਅੰਮ੍ਰਿਤ ਵੇਲਾ ਨਹੀਂ ਸੰਭਾਲ ਹੁੰਦਾ ਅੰਮ੍ਰਿਤ ਵੇਲੇ ਨਹੀਂ ਉੱਠ ਹੁੰਦਾ ਹੈ ਜਿਨ੍ਹਾਂ ਨੂੰ ਸ਼ੌਂਕ ਹੁੰਦਾ ਨਾ ਉਹ ਵਕਤ ਹੈ ਉੱਪਰ ਲੜਮੂਏ ਰੋਟੀ ਨਹੀਂ ਖਾਂਦੇ ਹੋ ਰਾਤ ਨੂੰ ਕਹਿੰਦੇ ਸਬਜ਼ੀ ਇਕੱਲੀ ਖਾ ਕੇ ਸੌਂ ਜਾਂਗੇ ਉੱਠਣਾ ਜ਼ਰੂਰ ਆ 2 ਵਜੇ ਵੀ ਜਾਂ ਫਿਰ ਡੰਡਾ ਹੋਵੇ ਕਾਇਮ ਰਾੜੇ ਵਾਲੇ ਮਹਾਂਪੁਰਖਾਂ ਡੰਡਾ ਕਾਇਮ ਸੀ 2 ਵਜੇ ਤੜਕੇ ਨਹਿਰ 'ਤੇ ਹਾਜ਼ਰੀ ਲੱਗਦੀ ਸੀ ਰਜਿਸਟਰ 'ਚ 2 ਮਿੰਟ ਕੋਈ ਲੇਟ ਹੋ ਗਿਆ ਫਿਰ ਸਜ਼ਾ ਵੀ ਮਿਲਦੀ ਸੀ ਲੇਟ ਕਿਉਂ ਹੋਇਆ ਪੂਰੀ ਲੰਬੀ ਲਾਈਨ ਲਾ ਕੇ ਬਿਠਾਉਂਦੇ ਹੁੰਦੇ ਸੀ ਡੰਡਾ ਕਾਇਮ ਹੋਵੇ ਉੱਤੇ ਸਾਧੂ ਦਾ ਫਿਰ ਕਿਰਪਾ ਵੀ ਹੋ ਜਾਂਦੀ ਹੈ